अस्सलाम वालेकुम दोस्तों, आज की इस वीडियो में फिर आपको खुश आमदीद किया जाता है बिजनेस टॉक्स ऑफिशियल में। आज की इस वीडियो में आपको एक उम्दा कारोबार के बारे में बताया जाएगा जिसका नाम है सेलिंग वाले टाइलें हैं जो मतलब कि छतों के नीचे लगाई जाती हैं, उसका भी कारोबार बहुत अच्छा है। उस कारोबार की मुकम्मल तफसील के लिए हम आपको आज इस जगह पर लेकर आए हैं ताकि आपको इसकी मुकम्मल इन्फॉर्मेशन दी जाए। मज़ीद इन्फॉर्मेशन के लिए हम इनके ऑनर से रब्ता करते हैं जो यहाँ पर टाइलें वगैरह बनाते हैं, और इनका क्या हिसाब किताब है और बचत का क्या हिसाब किताब है वो वही बताएंगे। चलिए वीडियो शुरू करते हैं। फाइजल थोड़ा ना की जरा जमीर ते ये मतलब तुम एक काम कर रहे हो, कितनी देर हो गई तुम खुद एक काम कर रहे हो? इससे मुलाजम के की साहब है? मुलाजम है। मुलाजम कितनी तनख्वाह ले रहे हो? जैसे दिहाड़ी का साहब है। अच्छा, तो ये ट्रायल किस तरीके से तैयार करते हैं ये भी दसो, तो दसो भी इन्हें की की चीज़ा पाने ते मसाला सीमेंट जो भी है प्लास्टर पैरस पत्थर का ही बनता है। हाँ, तो कितों लेंगे तुम? इस्लामाबाद लाने या कुवार तो आ। तो ये टायल जी कि एक दिन मतलब तैयार कर रहे हैं? 100, 110, 100। सेल कितने कर रहे हैं? सेल कस्टमर ला जाए ਸਿਲੰਗ ਦਾ ਕੰਮ ਜਿਹੜਾ ਕਰਦੇ ਨਾ ਕਸਟਮਰ ਸਿਆੜਾਂ ਦੇ ਲਾਉਣਾ ਦੇ ਜਿਹੜੇ ਛੱਤਾਂ ਲਵਾਉਣਾ ਦੇ ਉਹ ਲੈ ਕੇ ਜਾਂਦੇ। ਯਾਨੀ ਤੁਸੀਂ ਆਰਡਰ ਤੇ ਤਿਆਰ ਕਰ ਰਹੇ ਹੋ? ਤੇ ਤੁਹਾਨੂੰ ਇਹ ਕੰਮ ਕਰਦਾ ਨਾ ਕੋਈ ਮਸਲਾ ਆਇਆ ਹੋਵੇ ਜਾਂ ਮਸਲਾ ਕੀ? ਮਸਲਾ ਕੋਈ ਵੀ ਨਹੀਂ, ਬਸ ਹੈਗਾ ਮਜ਼ਦੂਰੀਆਂ ਵਧਦੀਆਂ ਨੇ, ਬਾਕੀ ਹਾਜ਼ਰੀ ਤਾਂ ਮੰਗਾਈ ਹੈਗੀ। ਆਹ ਤਾਂ ਗੱਲ ਹੈਗੀ। ਵੈਸੇ ਦੱਸੋ ਵੀ ਇਹ ਕੰਮ ਕਿੱਸਾ ਹੈ, ਕੋਈ ਚੰਗਾ ਕੰਮ ਹੈ, ਬਿਹਤਰ ਹੈ, ਕੋਈ ਇਹਦੇ ਬਾਰੇ ਦੱਸੋ ਸਾਨੂੰ। ਕੰਮ ਠੀਕ ਹੀ ਆ, ਸਜਾਵਟ ਵਾਸਤੇ ਹੈਗਾ, ਸਜਾਵਟ ਬਣਾ ਲੈ ਲੋਕਾਂ ਨੂੰ, ਬਸ ਹੋਰ ਕੁਛ ਨਹੀਂ। ਅੱਛਾ, ਤੇ ਇਹ ਦੱਸੋ ਵੀ ਇਹ ਕੰਮ ਕਰਨ ਲਈ ਕਿੰਨੀ ਕੁ ਥਾਂ ਬੰਦੇ ਬਣਦੀ? ਜੇ ਕਿਸੇ ਕਰਨਾ ਹੋਵੇ ਕਰਾਚੀ, ਲਾਹੌਰ, ਫੈਸਲਾ, ਬੰਦੇ ਨਾਲ ਲਾਕਾਂ ਦੂਰ ਦੂਰ ਸੇ ਕਰਨਾ ਹੋਵੇ ਕਿੰਨੀ ਕੁ ਥਾਂ ਹੋਣੀ ਚਾਹੀਦੀ? ਇਹ ਥਾਂ ਤਾਂ ਜਿੰਨੀ ਵੀ ਹੋਵੇ, ਥੋੜ੍ਹਾ ਕੰਮ ਦੇ ਹਿਸਾਬ ਨਾਲ ਜਿੰਨੇ ਕੰਮ ਬਣਾਉਣਾ ਵਧਾਉਣਾ ਹੋਵੇ ਉਹਨੇ ਹੋ ਜਾਣਾ ਚਾਹੀਦਾ। ਘਰੇਲੂ ਤੌਰ ਤੇ ਕਰਨਾ ਹੋਵੇ ਕਿੰਨੀ ਕੁ ਘੱਟ ਤੋਂ ਘੱਟ ਥਾਂ ਹੋਣੀ ਚਾਹੀਦੀ? ਹੈ, ਹੁਣ ਕਨਾਲ ਹੈ ਤਾਂ ਕਨਾਲ ਦੇ ਸਮਝ ਲਾ ਇੱਕ ਕਨਾਲ ਸੱਤ ਮਰਲੇ ਦੁਕਾਨਾਂ ਦੀ ਕੋ ਨਿਕਲ ਜਾਂਦੇ, ਬਾਕੀ ਸਾਰਾ ਲਾ ਸਕਦਾ। ਤੇ ਕਿੰਨੇ ਮਜ਼ਦੂਰ ਹੋਣੇ ਚਾਹੀਦੇ ਵਿੱਚ? ਮਜ਼ਦੂਰ ਤਾਂ ਕੰਮ ਦੇ ਹਿਸਾਬ ਨਾਲ ਨਾ, ਜਿੰਨਾ ਕੰਮ ਹੋਵੇ ਉਹਨੇ ਮਜ਼ਦੂਰ ਲਾਉਣੇ ਪੈਂਦੇ। ਅੱਛਾ, ਇਹਦੇ ਵਿੱਚ ਤੁਸੀਂ ਕੀ ਚੀਜ਼ ਜਿਹੜੀ ਪਾਉਂਦੇ ਹੋ ਟਾਇਲ ਦੇ ਵਿੱਚ? ਪਲਾਸਟਿਕ ਪੈਰਾ ਜਾਂ ਪਾਣੀ ਹੈਗਾ ਬਾਈ, ਜਾਂ ਧਾਗੇ ਐਸੇ ਤੋੜਿਆ ਹੋਏ, ਧਾਗੇ ਕੱਟ ਕੇ ਛੋਟੇ ਛੋਟੇ ਕਰਕੇ ਪਾਏ ਜਾਂਦੇ। ਤੇ ਕਿੱਥੋਂ ਕਿੱਥੋਂ ਲੈਂਦੇ ਜੀ? ਤੇ ਆਪ ਧਾਗੇ ਨੇ ਬਣਾ ਲੈਂਦੇ। ਇਹ ਜਿਹੜਾ ਚਿੱਟਾ ਸੀਮੈਂਟ ਜਾਂ ਕੀ ਇਹਨੂੰ ਕਹਿੰਦੇ ਪਟੀਨ ਜੋ ਵੀ ਹੈ, ਇਹ ਤੁਸੀਂ ਕਿੱਥੋਂ ਲੈਂਦੇ ਜੀ? ਇਸਲਾਮਾਬਾਦ ਤੋਂ ਆਉਂਦਾ ਜਾਂ ਕੁਆਰ ਤੋਂ ਆਉਂਦਾ? ਤੇ ਕਿਸ ਰੇਟ 'ਤੇ ਮਿਲਦਾ ਉੱਥੋਂ? ਇਹ ਮਿਲਦਾ ਮਸਾਂ 'ਚ 57-58 ਸੌ ਰੁਪਏ ਟਨ ਮਿਲਦਾ। 57-58 ਸੌ ਰੁਪਏ ਟਨ? ਅਤੇ ਟਾਇਲ ਇਹ ਮਤਲਬ ਵੀ ਕਿੰਨੀਆਂ ਬੋਰੀਆਂ ਤੁਸੀਂ ਇੱਕ ਟਾਈਮ 'ਤੇ ਲੈ ਕੇ ਆਉਂਦੇ ਜੀ ਉੱਥੋਂ? ਇਕੱਠੀਆਂ ਬੋਰੀਆਂ ਆ ਜਾਣੀਆਂ, 7-8 ਸੌ ਬੋਰੀ ਇਕੱਠੀਆਂ? 7-8 ਸੌ ਬੋਰੀ ਲੈ ਕੇ ਆਉਂਦੇ ਜੀ। ਅਤੇ ਇਹ ਟਾਇਲ ਤੁਸੀਂ ਇੱਕ ਦਿਨ ਦੀ 110 ਸੇ ਤਿਆਰ ਕਰ ਲੈਂਦੇ ਜੀ? ਅਤੇ ਕਿਸ ਹਿਸਾਬ ਨਾਲ ਸੇਲ ਕਰਦੇ? ਕੀ ਰੇਟ ਬਣਦਾ ਇੰਨਾ ਸੇਲ ਬਣਾ ਲਿਆ? ਅਤੇ ਸੇਲ ਕਿਵੇਂ ਕਰਦੇ ਜੀ, ਰੇਟ ਕੀ ਹੁੰਦਾ? 45 ਰੁਪਏ 47 ਰੁਪਏ 45 ਰੁਪਏ 47 ਰੁਪਏ ਸੇਲ ਕਰਦੇ ਜੀ? ਠੀਕ ਹੋ ਗਿਆ। ਅੱਛਾ ਭਾਈ ਜਾਨ, ਇਹ ਦੱਸਿਆ ਜੀ ਇਹ ਤੁਸੀਂ ਜਿਹੜਾ ਕਾਰੋਬਾਰ ਕਰਦੇ ਪਏ ਜੀ, ਇਹ ਤੁਹਾਨੂੰ ਕਰਦੇ ਨੂੰ ਕਿੰਨੀ ਦੇਰ ਹੋ ਗਈ ਹੈ? ਮੈਂ ਤਾਂ ਠੇਕੇ ਮਜ਼ਦੂਰ ਹਾਂ, ਠੇਕੇਦਾਰ ਹੈਗਾ, ਮੈਨੂੰ ਕਾਫੀ ਸਾਲ ਹੋ ਗਏ, 5-4 ਸਾਲ ਹੋ ਗਏ। ਅੱਛਾ, ਤੇ ਕਾਰੋਬਾਰ ਇਹ ਕਿੰਨਾ ਕੁ ਤਜਰਬਾ ਹੈਗਾ? ਕਾਰੋਬਾਰ ਨੇ ਕੋਈ 4-5 ਸਾਲ ਹੋ ਗਏ। ਤੇ ਇਹ ਕਾਰੋਬਾਰ ਅਗਰ ਕੋਈ ਕਰਨਾ ਚਾਹੇ ਇਹਦੇ 'ਚ ਕੋਈ ਬੱਚਤ ਬੁੱਚਤ ਹਾਸਲ ਹੁੰਦੀ ਹੈ? ਇੱਕ ਟਾਇਲ ਪਿੱਛੇ ਤੁਹਾਨੂੰ ਕਿੰਨੇ ਕੁ ਰੁਪਏ ਲੱਭਦੇ ਨੇ? 100 ਰੁਪਏ ਬਸ ਇਹ ਹੀ ਬੱਚਤ ਇੱਕ ਟਾਇਲ ਪਿੱਛੇ। ਤੇ ਇਹ ਤੁਸੀਂ ਜ਼ਿਆਦਾਤਰ ਤੁਸੀਂ ਕਹਿੰਦੇ ਕਸਟਮਰ ਲੈ ਕੇ ਜਾਂਦੇ ਨੇ ਮੁੱਲ ਜਿੰਨਾ ਕੰਮ ਕਰਨਾ ਹੁੰਦਾ ਹੈ, ਅਗਰ ਤੁਸੀਂ ਸ਼ਹਿਰ ਦੇ ਵਿੱਚ ਵੇਚਣਾ ਚਾਹੋ ਫਿਰ ਵੀ ਵਿਕ ਜਾਂਦੀ ਕਿ ਨਹੀਂ? ਵਿਕ ਜਾਂਦੀ, ਹਰ ਜਗ੍ਹਾ ਦੇ ਵਿਕਦੀ, ਬਾਕੀ ਰੇਟ ਦੇ ਹਿਸਾਬ ਨਾਲ ਹੀ ਹੈ, ਜਿੱਥੇ ਮਰਜ਼ੀ ਹਰ ਜਗ੍ਹਾ ਦੇ ਵਿਕਦੀ। ਅਗਰ ਕੋਈ ਦੋਸਤ ਜਾਂ ਭਾਈ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਤਕਰੀਬਨ ਕਿੰਨੇ ਪੈਸੇ ਦਾ ਕੰਮ ਸ਼ੁਰੂ ਕਰ ਸਕਦਾ? 4-5 ਲੱਖ ਰੁਪਇਆ ਲੱਗ ਜਾਂਦਾ। ਇਹ ਸਮਾਨ ਕੀ ਕੀ ਲਿਆਉਣਾ ਪੈਂਦਾ? ਕਾਫੀ ਲੋਹੇ ਦਾ ਸਾਰਾ ਸਮਾਨ ਹੈਗਾ। ਕਾਰੋਬਾਰ ਕਰਨਾ ਚਾਹੇ ਉਹਨੂੰ ਰੋਜ਼ੀ ਲੱਭ ਲੁੱਭ ਜਾਏਗੀ? ਦਿਹਾੜੀ ਕਿੰਨੀ ਮਜ਼ਦੂਰਾਂ ਨੂੰ ਦਿੰਦੇ ਜਾਂਦੀ? 7 ਰੁਪਏ ਲੈਂਦੇ ਨੇ ਇੱਕ ਪੀਸ ਦੇ। ਇੱਕ ਪੀਸ ਦੇ? ਤੇ ਅੱਛਾ ਇਹ ਗੱਲ ਦੱਸਿਆ ਜੇ ਕਿ ਇਹ ਜਿਹੜੇ ਕਾਰੋਬਾਰ ਮਤਲਬ ਕਿ ਅਸੀਂ ਕੰਮ ਕਰਦੇ ਨੇ, ਤੁਸੀਂ ਕਹਿੰਦੇ ਜੇ
ਚਾਰ ਮਜ਼ਦੂਰ ਨੇ ਤੇ ਫਿਰ ਤਾਂ 400 ਟੈਲ ਬਣਦੀ ਨਾ 400 ਟੈਲ ਬਣ ਗਈ ਇਹ ਕਹਿ ਰਹੇ ਨੇ 110 ਉਹ ਇੱਕ ਬੰਦਾ 110 ਕੱਢਦਾ ਇਹ ਨਹੀਂ ਵਿਕਦੀ 110 ਆ ਬਣਦੀ ਵੀ ਨਹੀਂ ਹੈ 100 ਕਦੀ ਵਿਕ ਕਿਸੇ ਟਾਈਮ ਨਹੀਂ ਵਿਕਦੀ ਤੇ ਅੱਛਾ ਤੁਸੀਂ ਕਹਿੰਦੇ ਬਈ ਇੱਕ ਕਨਾਲ ਜਗ੍ਹਾ ਹੋਣੀ ਚਾਹੀਦੀ ਹੈ ਤੁਸੀਂ ਕੋਈ ਮਸ਼ਵਰਾ ਦੇਵੋ ਇਹ ਕਾਰੋਬਾਰ ਸਹੀ ਹੈ ਜਾਂ ਇਹਦੇ ਤੋਂ ਹਟ ਕੇ ਕੋਈ ਕਾਰੋਬਾਰ ਕਰ ਲਵਣ ਅਗਰ ਤੁਹਾਨੂੰ ਕਰਦੇ ਨੂੰ ਤੁਸੀਂ ਕਹਿੰਦੇ ਬਈ ਕਾਫੀ ਦੇਰ ਹੋ ਗਈ ਤੁਹਾਨੂੰ ਇਹਦੇ 'ਚ ਕੋਈ ਬੱਚਤ ਬੁੱਚਤ ਲੱਭਦੀ ਵੀ ਕਿ ਕੌਣ ਲੱਭਦੀ ਠੇਕੇਦਾਰ ਨੂੰ ਭਾਅ ਜਿਹੜਾ ਲੱਭਣਾ ਨੇ ਮਜ਼ਦੂਰ ਨੂੰ ਕੀ ਲੱਭਣਾ ਤੁਸੀਂ ਅੱਛਾ ਮਜ਼ਦੂਰੀ ਕਰਦੇ ਜੀ ਹਾਂਜੀ ਅਸਲ ਦਾ ਜਿਹੜਾ ਕਰਨਾ ਉਹ ਕੰਮ ਲੱਗਦਾ ਵੈਸੇ ਦੱਸੋ ਨੇ ਲੋਕਲ ਦਾ ਚੰਗੀ ਟਾਇਲ ਦਾ ਤੇ ਲੋਕਲ ਚੰਗੇ ਸਮਾਨ ਦਾ ਕੋਈ ਹਿਸਾਬ ਹੈਗਾ ਇਹ ਚੰਗਾ ਸਮਾਨ ਹੈ ਤੇ ਲੋਕਲ ਟਾਇਲ ਜੀ ਤੁਹਾਡੇ ਕੋਲ ਸਸਤੀ ਕਿਸੇ ਤਿਆਰ ਕਰਾਣੀ ਉਹਦਾ ਹਿਸਾਬ ਕਿਵੇਂ ਤਿਆਰ ਕਰਦੇ ਜੀ ਲੋਕਲ ਮਕਾਨ ਨੇ ਲੇਕਿਨ ਆ ਨਹੀਂ ਲੋਕਲ ਹੈ ਤੁਸੀਂ ਲੋਕਲ ਤਿਆਰ ਨਹੀਂ ਕਰਦੇ ਤੇ ਟਾਇਲ ਦੀ ਡਿਜ਼ਾਈਨਿੰਗ ਦਾ ਹਿਸਾਬ ਤੇ ਵੀ ਤਿਆਰ ਕਰਦੇ ਉਹਦਾ ਕੀ ਰੇਟ ਹੁੰਦਾ ਨਹੀਂ ਇੱਕ ਹੀ ਡਿਜ਼ਾਈਨ ਜਿਹੜਾ ਮਰਜ਼ੀ ਡਿਜ਼ਾਈਨ ਹੋਵੇ ਇੱਥੇ ਬਣਾਉਣ ਦਾ ਇੱਕ ਹੀ ਪਿੱਛੇ ਬਾਹਰ ਅੱਗੇ ਲਾਉਣ ਦਾ ਪਿੱਛੇ ਤੁਸੀਂ ਡਿਜ਼ਾਈਨ ਵੱਡਾ ਲਾਇਆ ਉਹ ਲਾਉਣ ਦਾ ਹੈ ਇੱਥੇ ਅਸਾਂ ਇੱਕ ਹੀ ਬਣਾ ਦੇਣਾ ਨੇ ਜ਼ਿਆਦਾ ਕਾਸ਼ੀ ਪਾ ਦੇਣਾ ਮਟੀਰੀਅਲ ਜ਼ਿਆਦਾ ਵੀ ਲੱਗ ਜਾਂਦਾ ਨਾ ਕਿਸੇ ਟਾਇਲ ਤੇ ਮਟੀਰੀਅਲ ਜ਼ਿਆਦਾ ਲੱਗਦਾ ਉਹ ਲਾਉਣ ਵਾਲੇ ਜਿਹੜੇ ਨੇ ਜ਼ਿਆਦਾ ਅੱਗੇ ਲਾਉਣ ਵਾਲਾ ਉਹਨਾਂ ਦਾ ਕਨੈਕਸ਼ਨ ਲਾਉਣ ਵਾਲਾ ਲੈਦਾ ਇੱਥੇ ਬਣਾਉਣ ਦਾ ਲੈਦਾ ਬਣਾਉਣ ਦਾ ਲੈਦਾ ਯਾਨੀ ਉਹ ਲਾਉਣ ਵਾਲਾ ਸਾਹਿਬ ਤੇ ਟਾਇਲ ਤੁਹਾਡੀ ਜਿਹੜੀ ਕਿੱਥੋਂ ਕਿੱਥੋਂ ਤੁਹਾਡੇ ਅੰਦਾਜ਼ੇ ਨਾਲ ਲੋਕ ਇੱਥੋਂ ਆ ਕੇ ਜਾਂਦੇ ਨੇ ਕਿਹੜੀ ਕਿਹੜੀ ਸਾਈਡ ਤੱਕ ਨਹੀਂ ਜਾਂਦੇ ਬਸ ਬਹਿਰੀਆ ਟੋਣ ਵੈਸੇ ਤੁਸੀਂ ਤੁਹਾਡੀ ਮਤਲਬ ਕਿ ਰੋਜ਼ ਦੀ 100 ਜਾਂ 150 ਟੈਲ ਚਲੀ ਜਾਂਦੀ ਹੈ ਕਿਸੇ ਨਾ ਕਿਸੇ ਕਦੇ ਚਲੇ ਜਾਂਦੇ ਕਦੇ ਨਹੀਂ ਵੀ ਜਾਂਦੇ ਸਹੀ ਤੋ ਦੋਸਤੋ ਇਹ ਥੀ ਅੱਜ ਕੀ ਵੀਡੀਓ ਅਬ ਆਪਕੋ ਇਹ ਜਗ੍ਹਾ ਕਾ ਆਪ ਤਾਰਫ ਕਰਵਾ ਦਿੱਤਾ ਹੂੰ ਕਿ ਜਿਸ ਜਗ੍ਹਾ ਪਰ ਇਹ ਭਾਈ ਲੋਕ ਬਣਾਤੇ ਹੈ ਟਾਇਲ ਵਗੈਰਾ ਇਹ ਚੈੱਕ ਕਰ ਲੇ ਆਪ ਇਹ ਜੋ ਸਮਾਨ ਕਹਿ ਰਹੇ ਥੇ ਕਿ 5-6 ਲੱਖ ਮੇਂ ਜੋ ਆਪਕਾ ਤਿਆਰ ਹੋ ਜਾਤਾ ਟੋਟਲੀ ਤੋ ਇਹ ਵੋ ਸਮਾਨ ਹੈ ਜਹਾਂ ਪਰ ਟਾਇਲੇ ਵਗੈਰਾ ਬਣਤੀ ਹੈ ਔਰ ਇਹ ਵਗੈਰਾ ਚੂਨਾ ਵਗੈਰਾ ਪੜਾ ਹੋਇਆ ਜਿਸਕੀ ਜਿਸ ਟਾਇਲ ਤਿਆਰ ਹੋਤੀ ਹੈ ਔਰ ਇਹ ਮਤਲਬ ਕਿ ਤੋੜੇ ਕੇ ਜੋ ਧਾਗੇ ਕਹਿ ਰਹੇ ਥੇ ਉਮੀਦ ਕਰਤਾ ਹੂੰ ਆਪਕੋ ਯੇ ਵੀਡੀਓ ਪਸੰਦ ਆਏਗੀ ਵੀਡੀਓ ਪਸੰਦ ਆਏਗੀ ਲਾਈਕ ਕਰੇਂ ਸ਼ੇਅਰ ਕਰੇਂ ਔਰ ਦੋਸਤੋਂ ਕੇ ਸਾਥ ਜ਼ਿਆਦਾ ਸਾਥ ਸ਼ੇਅਰ ਕਰੇ ਥੈਂਕਸ ਫਾਰ ਵਾਚਿੰਗ ਅੱਲਾ ਹਾਫਿਜ਼